ਕਿ ਮੈਂ ਇਸ ਮੈਂਬਰ ਦੀ ਨਾ ਗੱਲ ਸੁਣਦਾ, ਨਾ ਮੈਂ ਇਹਦੀ ਗੱਲ ਸੁਣਾ, ਨਾ ਮੈਂ ਇਹਦੇ ਤੇ ਕੋਈ ਅਸਰ ਕਰਾਂ। ਇੱਕ ਫੈਕਟਰਿੰਗ ਟੋਨ ਦੇ ਵਿੱਚ ਸਾਰੇ ਮੈਂਬਰਸ ਇਸ ਹਿਸਾਬ ਦੇ ਨਾਲ ਐਡਰੈਸ ਕਰਨਾ, ਮੈਂ ਸਮਝਿਆ ਡੈਮੋਕ੍ਰੇਸੀ ਵਾਸਤੇ ਬਹੁਤ ਵੱਡੀ ਗੱਲ ਹੈ। ਨਾ ਸਾਨੂੰ ਕੋਈ ਡਰ ਹੈ, ਨਾ ਇਹਦੇ ਦਾ ਸਾਨੂੰ ਕੋਈ ਖੌਫ ਹੈ। ਬਟ ਮੈਂ ਸਮਝਿਆ ਕਿ ਡੈਮੋਕ੍ਰੇਸੀ ਦੇ ਵਿੱਚ, ਵਿਧਾਨ ਸਭਾ 'ਚ ਜਾਂ ਪਾਰਲੀਮੈਂਟ ਦੇ ਵਿੱਚ ਡੈਕਰਮ ਜਿਹੜਾ ਹੈ ਉਹ ਸਾਨੂੰ ਜ਼ਰੂਰ ਮੇਨਟੇਨ ਕਰਕੇ ਰੱਖਣਾ। ਅੱਜ ਚੀਫ ਮਿਨਿਸਟਰ ਜਿਹੜਾ ਉਸ ਦੀ ਹੈਡ ਆਫ ਦੀ ਸਟੇਟ, ਕਿ ਉਹ ਖੁਦ ਹੀ ਡੈਕਰਮ ਤੋੜ ਹੈ ਅਤੇ ਉਹ ਕੀ ਆਸ ਉਮੀਦ ਕਰਦਾ ਕਿ ਜਿਹੜੇ ਫਸਟ ਟਾਈਮ ਐਮ ਐਲ ਏ ਸੀ ਉਹ ਐਡਰਸ ਨੂੰ ਕਿਸ ਤਰ੍ਹਾਂ ਇੱਜ਼ਤ ਦੇਣਗੇ, ਕਿਸ ਤਰ੍ਹਾਂ ਮਾਨ ਦੇਣਗੇ। ਅਤੇ ਨਾਲ ਹੀ ਇਸ ਔਗਸਟ ਹਾਊਸ ਦੇ ਸਾਰਿਆਂ ਨੂੰ ਇੰਪੋਰਟੈਂਟ ਹੈ ਕਿ ਉੱਥੇ ਆਪਣੀ ਇੱਜ਼ਤ ਵੀ ਕਰਵਾਉਣੀ ਅਤੇ ਵਿਰੋਧੀਆਂ ਦੀ ਇੱਜ਼ਤ ਵੀ ਕਰਨੀ ਅਤੇ ਡੈਕਰਮ ਵੀ ਮੇਨਟੇਨ ਕਰਕੇ ਰੱਖਣਾ ਅਤੇ ਹਾਈ ਟ੍ਰੈਡੀਸ਼ਨ ਔਫ ਡੈਮੋਕ੍ਰੇਸੀ ਜਿਹੜੀ ਹੈ ਉਹਨਾਂ ਨੂੰ ਮੇਨਟੇਨ ਕਰਨਾ। ਹੋਰ ਫਿਰ ਤੋਂ ਬਾਅਦ ਰਾਜਾ ਵੜਿੰਗ ਸਾਹਿਬ, ਉਸ ਤੋਂ ਬਾਅਦ ਬਾਬਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਸਿੰਘ ਔਰ ਇਹਨਾਂ ਹੋਰ ਜਿਹੜੇ ਵੀ ਤੁਸੀਂ ਸਾਥੀ ਕਰਦੇ ਅੱਜ ਦੇ ਘਟਨਾਕ੍ਰਮ ਜੋ ਵੀ ਹੋਇਆ ਤੁਸੀਂ ਸਭ ਲੋਕਾਂ ਨੇ ਦੇਖਿਆ, ਉਹਦੇ ਤੇ ਮੈਨੂੰ ਉਹ ਗੁਰਬਾਣੀ ਦੀਆਂ ਤੁਕਾਂ ਯਾਦ ਹੁੰਦੀ ਹੈ, ਉੱਚੇ ਬੋਲਣਾ ਹੁੰਦੀਏ ਕਰਤਾਰ ਹੋ ਗਏ ਸੱਚੇ ਪਾਤਸ਼ਾਹ। ਮੈਂ ਸਮਝਦਾ ਕਿ ਜਿਹੜਾ ਆਪਣੇ ਆਪ ਚ ਹਰ ਵਿਅਕਤੀ ਇਹ ਸਮਝਦਾ ਮੈਂ ਜਾਂ ਉੱਚਾ ਬੋਲਦਾ, ਇਹ ਗੁਰੂ ਮਹਾਰਾਜ ਨੂੰ ਪਸੰਦ ਨਹੀਂ। ਔਰ ਅਸੀਂ ਤਾਂ ਇਹ ਸਮਝ ਰਹੇ ਸੀ, ਮੈਂ ਨਾਲ ਮੇਰੇ ਸਾਥੀ ਨੂੰ ਬੈਠਾ ਕਹਿ ਰਿਹਾ ਸੀ, ਮੈਂ ਕਿਹਾ ਯਾਰ ਅੱਜ ਸੀਐਲਪੀ ਸਾਹਿਬ ਤਰੀਕੇ ਨਾਲ ਉਲਟਾ ਸਲਾਹਾਂ ਮਸ਼ਵਰੇ ਦੇ ਰਹੇ ਆ ਔਰ ਬਹੁਤ ਚੰਗੇ ਸੁਝਾਅ ਦੇ ਰਹੇ ਸੀ ਸੀਐਲਪੀ ਸਾਹਿਬ, ਜਿਹੜੇ ਕਿ ਮੇਰਾ ਖਿਆਲ ਓਪੋਜੀਸ਼ਨ ਜ਼ਿਆਦਾ ਤੌਰ ਤੇ ਇਹੋ ਜਿਹੀ ਸਲਾਹ ਮਸ਼ਵਰਾ ਸੱਤਾ ਸਰਕਾਰ ਨੂੰ ਦਿੰਦੀ ਕਿ ਵੀ G20 ਆਉਣ ਵਾਲਾ ਹੈ, ਤੁਸੀਂ ਆਹ ਜਿਹੜੇ ਕਦਮ ਹੈ ਤੁਸੀਂ ਮੰਗ ਕਰ ਸਕਦੇ ਹੋ ਔਰ ਪੰਜਾਬ ਦੀ ਬਿਹਤਰੀਨ ਹੋਏਗੀ। ਦੇਖੋ ਗੱਲ ਇਹ ਹੈ ਕਿ ਅਸੀਂ ਕੋਈ ਕੁਸ਼ਤੀ ਕਰਨ ਤਾਂ ਆਏ ਨੂੰ ਵਿਧਾਨ ਸਭਾ 'ਚ, ਕੁਸ਼ਤੀ ਕਰਨ ਵਾਸਤੇ ਤਾਂ ਬਾਹਰ ਦੰਗਲ ਹੈਗਾ, ਕੋਈ ਲੜਾਈ ਕਰਨੀ ਹੈ ਨਾ, ਅਸੀਂ ਕੋਈ ਗੈਂਗਸਟਰ ਹੈਗੇ ਆ ਵੀ ਸਾਡੇ ਕੋਈ ਚੀਜ਼ ਦਬ ਛਪਾਈ ਹੈ ਤੇ ਜਿਹੜਾ ਸਾਨੂੰ ਤੂਤੜਾ ਕਹੂਗਾ ਅਸੀਂ ਉਹਨੂੰ ਲੱਤਾਂ ਤੋਂ ਫੜ ਕੇ ਬਾਹਰ ਸਿੱਟ ਲੈਣਾ। ਸਾਨੂੰ ਇੱਥੇ ਲੋਕਾਂ ਨੇ ਚੁਣ ਕੇ ਭੇਜਿਆ ਔਰ ਉਹਨਾਂ ਨੇ ਆਖਿਆ ਕਿ ਤਲੀਮ ਤੇ ਤਹਿਜ਼ੀਬ ਦੇ ਨਾਲ ਤੁਸੀਂ ਆਪਣੀ ਗੱਲ ਪੰਜਾਬ ਦੇ ਲੋਕਾਂ ਰਾਹੀਂ, ਪੰਜਾਬ ਦੀ ਵਿਧਾਨ ਸਭਾ ਦੇ ਰਾਹੀਂ ਤੁਸੀਂ ਪਹੁੰਚਾਉਣੀ। ਔਰ ਹਰ ਗੱਲ ਤੇ ਜੇ ਤੁਸੀਂ ਵਿਤਕਰਾ ਕਰੋਗੇ, ਹਰ ਗੱਲ ਤੇ ਇਸ ਤਰ੍ਹਾਂ ਦੀ ਤੁਸੀਂ ਡਰਾਓਗੇ ਧਮਕਾਓਗੇ, ਇਹ ਗੱਲ ਕੋਈ ਬਹੁਤੀ ਸ਼ੋਭਾ ਨਹੀਂ ਦਿੰਦੀ। ਥੋੜ੍ਹਾ ਉਹ ਹੈ ਜੋ ਕੁਦਰਤ ਨੇ ਇੱਥੇ ਮੱਥੇ 'ਚ ਲਿਖਿਆ, ਨਾ ਇੱਕ ਦਿਨ ਕੋਈ ਵਧਾ ਸਕਦਾ ਨਾ ਇੱਕ ਦਿਨ ਘਟਾ ਸਕਦਾ। ਜੋ ਸੱਚੇ ਪਾਤਸ਼ਾਹ ਨੇ ਲਿਖਿਆ ਕਿਸੇ ਵਿਅਕਤੀ ਦੇ ਵਾਸਤੇ ਉਹ ਹੋ ਜਾਣਾ, ਕੋਈ ਰਹਿ ਨਹੀਂ ਜਾਣਾ। ਸੋ ਮੇਰੀ ਤਾਂ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਜੋ ਉਹਨਾਂ ਦਾ ਰਵੱਈਆ ਹੈ ਉਹ ਤੁਹਾਡਾ ਰਵੱਈਆ ਬਹੁਤ ਹੀ ਮਾੜਾ ਹੈ, ਮੈਂ ਉਹਦੀ ਨਿੰਦਾ ਕਰਨਾ ਹੈ। ਅਸੀਂ ਤੁਹਾਡੇ ਵਾਲੀ ਸ਼ਬਦਾਵਲੀ ਨਹੀਂ ਵਰਤ ਸਕਦੇ, ਬੇਸ਼ੱਕ ਅਸੀਂ ਨੌਜਵਾਨ ਸਾਥੀ ਹਾਂ ਪਰ ਸਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਕਿ ਸਾਡੀ ਰਿਸਪੋਂਸੀਬਿਲਟੀ ਹੈ ਬਈ, ਪੰਜਾਬ ਦੇ ਲੋਕ ਸਾਡੇ ਲਈ ਵੇਖ ਰਹੇ ਨੇ। ਗਾਲਾਂ ਤਾਂ ਰੋਜ਼ ਹੀ ਫੇਸਬੁੱਕ ਤੇ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਤੂੰ ਤੂੰ ਮੈਂ ਹੁੰਦੀ ਦੇਖਦੇ। ਸੋ ਸਾਨੂੰ ਚੰਗੀ ਡਿਸਕਸ਼ਨ ਕਰਨੀ ਚਾਹੀਦੀ ਹੈ, ਕੀ ਗੱਲ ਹੈ ਅਸੀਂ ਅਗਰ ਸੁਭਾਵਿਕ ਜਿਹੜੀਆਂ ਗੱਲਾਂ ਬਣਦੀਆਂ ਉਹ ਕਹਿ ਰਹੇ ਸਾਂ, ਦੂਸਰੇ ਉਹ ਵੀ ਸਾਨੂੰ ਕਹਿ ਰਹੇ ਕਿ ਪੁਰਾਣੀਆਂ ਸਰਕਾਰਾਂ ਪੁਰਾਣੇ ਕੰਮ। ਹਾਲਾਂਕਿ ਕੋਈ ਐਸਾ ਸਰਕਾਰ ਨੇ ਪੁਰਾਣਾ ਕੰਮ ਨਹੀਂ ਕੀਤਾ, ਜਿੱਥੇ ਕੋਈ ਮਾੜਾ ਕੰਮ ਕੀਤਾ ਅਸੀਂ ਆਪ ਦੀ ਨਿੰਦਾ ਕਰਦੇ ਰਹੇ ਅਸੀਂ ਐਸੇ ਸਾਥੀ। ਸੋ ਮੇਰਾ ਖਿਆਲ ਕਿ ਇਸ ਤਰ੍ਹਾਂ ਦਾ ਰਵੱਈਆ ਮੈਂ ਉਹਦੀ ਪੂਰਨ ਤੌਰ ਤੇ ਨਿੰਦਾ ਕਰਦਾ। ਔਰ ਤੁਸੀਂ ਵੇਖ ਲਓ, ਵੈਸੇ ਤਾਂ ਇਹਨਾਂ ਨੇ ਆਪਦੀ ਫਰਾਗਦੀਲੀ ਵਿਖਾ ਕੇ ਲਾਈਵ ਵਿਖਾਤਾ ਲੋਕਾਂ ਨੂੰ, ਦੁਨੀਆਂ ਨੇ ਲੋਕਾਂ ਨੂੰ ਕਿਹਾ ਕਿ ਦੇਖੋ ਕਾਂਗਰਸ ਪਾਰਟੀ ਜੋ ਨਹੀਂ ਕਰਦੀ ਸੀ ਅਸੀਂ ਉਹ ਕਰਤਾ ਲਾਈਵ ਵਿਖਾਤਾ। ਠੀਕ ਹੈ ਉਹਦੇ ਕੰਮ ਖਹਿਰਾ ਸਾਹਿਬ ਨੇ ਉਹ ਸਕਰੀਨਸ਼ਾਟ ਜਿੱਥੇ ਸਾਡੀ ਫੋਟੋ ਵੇਖਦੀ ਉਹਦਾ ਵੇਖਦੀ, ਜਨਤਾ ਸਭ ਜਾਣਦੀ ਹੈ ਜਿਹੜੀਆਂ ਇਹ ਛੋਟੀਆਂ ਛੋਟੀਆਂ ਹਰਕਤਾਂ ਦੀ। ਅਗਰ ਬਾਜਵਾ ਸਾਹਿਬ ਕੋਈ ਗੱਲ ਕਰਨ ਤਾਂ ਉਹਨਾਂ ਦੀ ਗੱਲ ਹੀ ਨਾ ਸੁਣੇ, ਸਾਡੀ ਗੱਲ ਸੁਣੇ। ਸੋ ਇਸ ਤਰ੍ਹਾਂ ਦੇ ਵਿਤਕਰੇ ਦੇ ਨਾਲ ਇਹ ਕੋਈ ਚੰਗੀ ਪਿਰਤਾ ਤੇ ਰੀਤੀ ਰਿਵਾਜ ਨਹੀਂ ਪਾਏ ਜਾ ਰਹੇ। ਅਸੀਂ ਲੜ ਨਹੀਂ ਆਏ ਹਾਂ, ਸਾਡੇ ਸਿਆਸੀ ਮਤਭੇਦ ਹਨ ਤੁਹਾਡੇ ਨਾਲ, ਸਾਡੇ ਸਿਆਸੀ ਮੁੱਦਿਆਂ ਤੇ ਸਾਡੇ ਵੱਖਰੇ ਵੱਖਰੇ ਵੱਖਰੇਵੇਂ ਹਨ ਤੁਹਾਡੇ ਨਾਲ। ਅਸੀਂ ਆਪਦੀ ਗੱਲ ਕਰਨ ਨੂੰ ਰੱਖਾਂਗੇ, ਅਸੀਂ ਇਹ ਗੱਲ ਚਰਚਾ ਕਰਦੇ ਰਵਾਂਗੇ, ਬੇਸ਼ੱਕ ਤੁਹਾਡਾ ਰਵੱਈਆ ਜਿਹੋ ਜਿਹਾ ਮਰਜ਼ੀ ਹੋਵੇ, ਪਰ ਇਹ ਕੋਈ ਚੰਗੀ ਗੱਲ ਨਹੀਂ। ਮੈਂ ਇਹਦੀ ਹੋਰ ਜੋ ਨਿੰਦਾ ਕਰਦਾ ਔਰ ਆਸ ਕਰਦਾ ਕਿ ਗਾਹ ਤੋਂ ਸਾਰੇ ਜਾਣੇ, ਸੁਮੂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਾਣੇ ਸੋਸ਼ਲ ਮੀਡੀਆ ਦੇ ਰਾਹੀਂ ਔਰ ਮੀਡੀਆ ਦੇ ਰਾਹੀਂ ਇਹਨਾਂ ਚੀਜ਼ਾਂ ਨੂੰ ਕੰਡੈਮ ਕਰਿਆ ਕਰੋ, ਤਾਂ ਜੋ ਅਗਰ ਕੋਈ ਗਲਤ ਗੱਲ ਕਰਦਾ ਤਾਂ ਉਹਦੀ ਨਿੰਦਾ ਹੋ ਸਕੇ। ਧੰਨਵਾਦ ਸਰ। ਸਰ ਅਜਨਾਲਾ ਇਸ਼ੂ ਪੇ ਅਭੀ ਤੱਕ ਐਫ ਆਈ ਆਰ ਨਹੀਂ ਹੋਈ ਹੈ।
एक सेकंड सर, एक सेकंड, एक सेकंड।